ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਨੋਟੀਫਿਕੇਸ਼ਨ ਲੈ ਕੇ ਆਇਆ ਜੋ ਕਿ ਬਿਲਕੁਲ ਫਰੈਸ਼ ਆਊਟ ਕੀਤਾ ਗਿਆ ਹੈ ਜੀ ਸਹਾਇਕ ਡਾਟਾ ਐਂਟਰੀ ਆਪਰੇਟਰ ਤੇ ਹੋਰ ਵੀਕੈਂਸੀ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਕਿੱਦਾਂ ਇਹਦੇ ਲਈ ਅਪਲਾਈ ਕਰਨਾ ਹੈ ਤੇ ਕੀ ਕੀ ਐਲੀਜੀਬਿਲਿਟੀ ਇਹਦੀ ਹੈ ਜੀ ਉਹ ਮੰਗੀ ਗਈ ਹੈ ਮੈਂ ਕੰਪਲੀਟ ਇਨਫੋਰਮੇਸ਼ਨ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦਵਾਂਗਾ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਜੀ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦੇਣਾ ਤਾਂ ਕਿ ਹਰ ਇੱਕ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਓ ਵੈਕੈਂਸੀਜ਼ ਹੋਰ ਵੀ ਕਈ ਆਊਟ ਹੋ ਚੁੱਕੀਆਂ ਨੇ ਪੰਜਾਬ ਦੇ ਕੈਂਡੀਡੇਟਸ ਲਈ ਤੁਸੀਂ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਕੰਪਲੀਟ ਇਨਫੋਰਮੇਸ਼ਨ ਲੈਣ ਦੇ ਲਈ ਤੁਸੀਂ ਸਾਡੀ ਵੈਬਸਾਈਟ ਜੋ ਕਿ ਹੈ meetacademy.xyz ਉੱਥੋਂ ਸਾਰੇ ਜੌਬ ਰਿਲੇਟਿਡ ਅਪਡੇਟਸ ਜਿਹੜੇ ਨੇ ਚੈੱਕ ਕਰਕੇ ਤੁਸੀਂ ਅਪਲਾਈ ਜਿਹੜਾ ਜੀ ਕਰ ਸਕਦੇ ਹੋ ਬਾਕੀ ਤੁਹਾਡਾ ਕੋਈ ਡਾਊਟ ਹੁੰਦਾ ਤੁਸੀਂ ਸਾਨੂੰ ਕਮੈਂਟ ਬਾਕਸ ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚਲਦਾ ਜੀ ਰਿਕਰੂਟਮੈਂਟ ਅਪਡੇਟ ਤੇ ਤੇ ਉੱਥੇ ਜਾ ਕੇ ਬਾਕੀ ਇਨਫੋਰਮੇਸ਼ਨ ਤੁਹਾੜਨਾ ਸ਼ੇਅਰ ਕਰਦਾ ਹਾਂ ਲੇਕਿਨ ਤੁਸੀਂ ਅਗਰ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਉੱਥੋਂ ਤੁਸੀਂ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਤੇ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਦਾ ਸੋ ਇਸ ਦੇ ਵਿੱਚ ਕੰਪਲੀਟ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਅਫੀਸ਼ੀਅਲ ਲਿੰਕ ਜਿਹੜਾ ਹੈ ਇਸ ਵੀਡੀਓ ਡਿਸਕ੍ਰਿਪਸ਼ਨ ਚ ਮੈਂ ਤੁਹਾਨੂੰ ਦਿੱਤਾ ਹੈ ਤੁਸੀਂ ਉੱਥੇ ਜਿੱਦਾਂ ਹੀ ਕਲਿੱਕ ਕਰੋਗੇ ਉੱਥੇ ਤੁਸੀਂ ਜਿਹੜਾ ਨੋਟੀਫਿਕੇਸ਼ਨ ਹੈ ਉਹ ਡਾਊਨਲੋਡ ਕਰ ਸਕਦੇ ਹੋ ਜਿਹੜਾ ਕਿ ਕੰਪਲੀਟ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਂਦੀ ਹੈ ਲੋਕ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਤੇ ਚ ਲੋ ਹੁਣ ਲੈ ਚੱਲਦੇ ਆ ਜੀ ਅਪਡੇਟ ਦੇ ਉੱਪਰ ਉੱਥੇ ਜਾ ਕੇ ਦੱਸ ਦਿੰਦੇ ਆ ਸਾਰੀ ਇਨਫੋਰਮੇਸ਼ਨ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਪੋਸਟਾਂ ਕਿਹੜੀਆਂ ਆਊਟ ਹੋਈਆਂ ਨੇ ਤਾਂ ਇਸ ਦੇ ਵਿੱਚ ਸਭ ਤੋਂ ਪਹਿਲੀ ਪੋਸਟ ਜਿਹੜੀ ਹੈ ਜੀ ਲੈਬ ਅਸਿਸਟੈਂਟ ਦੀਆਂ ਪੰਜ ਪੋਸਟਾਂ ਟੋਟਲ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਡਾਟਾ ਐਂਟਰੀ ਆਪਰੇਟਰ ਦੀ ਇੱਕ ਪੋਸਟ ਜਿਹੜੀ ਹੈ ਜੀ ਆਊਟ ਕੀਤੀ ਗਈ ਹੈ ਇਹ ਵੈਕੈਂਸੀਜ਼ ਜਿਹੜੀਆਂ ਨੇ ਜੀ ਆਊਟ ਕੀਤੀਆਂ ਗਈਆਂ ਨੇ ਟੋਟਲ 6 ਔਰ ਇਸ ਦੇ ਵਿੱਚ ਅਗਰ ਅਸੀਂ ਤੁਹਾਡੀ ਸੈਲਰੀ ਦੀ ਗੱਲ ਕਰੀਏ 10777 ਰੁਪਏ ਤੁਹਾਡੀ ਜਿਹੜੀ ਸੈਲਰੀ ਹੈ ਜੀ ਉਹ ਇਸ ਦੇ ਵਿੱਚ ਰਹਿਣ ਵਾਲੀ ਹੈ ਇਸ ਦੇ ਵਿੱਚ ਤੁਹਾਡੀ ਸਿਲੈਕਸ਼ਨ ਦੀ ਅਗਰ ਮੈਂ ਗੱਲ ਕਰਾਂ ਜਿਹੜੀ ਜੀ ਉਹ ਤਨੂੰ ਦੱਸ ਦਿੰਨੇ ਜੀ ਲੇਕਿਨ ਉਸ ਤੋਂ ਪਹਿਲਾਂ ਇੱਕ ਇੰਪੋਰਟੈਂਟ ਗੱਲ ਤੁਹਾਨੂੰ ਜ਼ਰੂਰ ਸ਼ੇਅਰ ਕਰਨੀ ਚਾਹਾਂਗਾ ਤੁਸੀਂ ਅਗਰ SSC ਦੇ ਕਿਸੇ ਵੀ ਇਗਜ਼ਾਮ ਦੀ ਕਿਸੇ ਵੀ ਲੈਵਲ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਚਾਹੇ ਉਹ SSC CGL ਹੋਵੇ ਜਾਂ SSC CHSL ਹੋਵੇ ਜਾਂ CPO ਜਾਂ ਫਿਸ ਟੈਨੋਗ੍ਰਾਫਰ ਦੀ ਵੈਕੈਂਸੀਸ ਦੇ ਲਈ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਉਹਦੇ ਲਈ Unacademy ਦੇ ਉੱਤੇ ਬੈਚਸ ਲਾਇਆ ਜਾ ਰਹੇ ਹਨ ਜੋ ਕਿ 19 ਜਨਵਰੀ ਤੋਂ ਸਟਾਰਟ ਹੋ ਜਾ ਰਹੇ ਹਨ ਜਦੇ ਵਿੱਚ ਤੁਹਾਡਾ ਫੁੱਲ ਸਿਲੇਬਸ ਜਿਹੜਾ ਜੀ ਕਵਰ ਕੀਤਾ ਜਾਏਗਾ ਇਸ ਦੇ ਵਿੱਚ ਤੁਹਾਨੂੰ ਹਿੰਦੀ ਦੇ ਵਿੱਚ ਜਿਹੜੇ ਨੇ ਕਲਾਸਿਸ ਦੇ ਵਿੱਚ ਪੜਾਇਆ ਜਾਏਗਾ ਪਲੱਸ ਇੰਗਲਿਸ਼ ਦੇ ਵਿੱਚ ਵੀ ਨੋਟਸ ਤੁਹਾਨੂੰ ਪ੍ਰੋਵਾਈਡ ਕਰਵਾਏ ਜਾਣਗੇ ਟੋਟਲ 400 ਪਲੱਸ ਘੰਟੇ ਦਾ ਜਿਹੜਾ ਟਾਈਮਿੰਗ ਹੈ ਉਹ ਤੁਹਾਨੂੰ ਇਹਦੇ ਵਿੱਚ ਪੜਾਇਆ ਜਾਏਗਾ ਜੀ ਮੌਕ ਟੈਸਟ ਠੀਕ ਹੈ ਜੀ اور ਇਸ ਦੇ ਵਿੱਚ ਤੁਸੀਂ ਹੈਂਡ ਰੇਜ਼ ਫੀਚਰ ਦੇ ਥਰੂ ਤੁਸੀਂ ਇਹਨਾਂ ਦੇ ਵਿੱਚੋਂ ਆਪਣੇ ਡਾਊਟ ਜਿਹੜੇ ਨੇ ਉਹ ਕਲੀਅਰ ਕਰ ਸਕਦੇ ਹੋ ਲਾਈਵ ਕਲਾਸਿਸ ਦੇ ਵਿੱਚ ਅਗਰ ਤੁਸੀਂ ਇਹਨਾਂ ਦਾ ਜਿਹੜਾ ਹੈ ਜੀ ਪਲੱਸ ਸਬਸਕ੍ਰਿਪਸ਼ਨ ਲੈਂਦੇ ਹੋ ਤਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦਿੱਤਾ ਗਿਆ ਹੈ ਅਗਰ ਤੁਸੀਂ ਸਬਸਕ੍ਰਿਪਸ਼ਨ ਲੈਂਦੇ ਹੋ ਤਾਂ ਮੇਰਾ ਕੋਡ ਯੂਜ਼ ਕਰੋਗੇ ਹਰਮਨ 10 ਤਾਂ ਤੁਹਾਨੂੰ 10% ਇਨਸਟੈਂਟ ਡਿਸਕਾਊਂਟ ਜਿਹੜਾ ਹੈ ਜੀ ਉਹ ਇੰਪਲੀਮੈਂਟਡ ਮਿਲੇਗਾ ਤੇ ਤੁਸੀਂ ਜਿਹੜਾ ਜੀ ਉਹਦਾ ਲਾਭ ਲੈ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਅਗਰ ਇਹਨਾਂ ਦੇ ਬੈਚਸ ਦੇ ਲਈ ਐਨਰੋਲ ਕਰ ਲੈਂਦੇ ਹੋ ਤਾਂ ਤੁਹਾਨੂੰ ਜਿਹੜੀ ਤਿਆਰੀ ਕਰਨ ਹੈ ਉਹ ਬਹੁਤ ਹੀ ਜ਼ਿਆਦਾ ਆਸਾਨ ਹੋ ਜਾਵੇਗਾ ਔਰ ਤੁਸੀਂ ਐਗਜ਼ਾਮ ਕ੍ਰੈਕ ਕਰਨ ਦੇ ਬਹੁਤ ਹੀ ਨੇੜੇ ਪ ਤੁਸੀਂ ਇਹਦਾ ਪਲੱਸ ਸਬਸਕ੍ਰਿਪਸ਼ਨ ਲੈਂਦੇ ਹੋ ਪਲੱਸ ਪ੍ਰਾਇਓਰਿਟੀ ਹੋਏਗੀ ਲਾਈਵ ਕਲਾਸ ਦੇ ਵਿੱਚ ਤੁਸੀਂ ਤੁਹਾਨੂੰ ਜਿਹੜੀ ਇਹ ਜੀ ਮਿਲੇਗੀ ਸੋ ਤੁਸੀਂ ਜਿਹੜੇ ਜੇ ਆਪਣੇ ਸਾਰੇ ਡਾਊਟ ਔਨ ਦਾ ਗੋ ਜਿਹੜੇ ਨੇ ਉਸੇ ਟਾਈਮ ਤੇ ਜਿਹੜੇ ਨੇ ਆਪਣੇ ਕਲੀਅਰ ਕਰ ਸਕਦੇ ਹੋ ਸੋ ਇਸ ਦੇ ਵਿੱਚ ਟਾਪ ਐਜੂਕੇਟਰ ਜਿਹੜੇ ਨੇ 올ਓਵਰ ਇੰਡੀਆ ਦੇ ਐਜੂਕੇਟਰ ਤੁਹਾਨੂੰ ਜਿਹੜੇ ਨੇ ਇਸੇ ਪੜ੍ਹਾਣਗੇ ਸੋ ਤੁਸੀਂ ਆਪਣੀ ਜਿਹੜੀ ਤਿਆਰੀ ਹੈ ਉਹ ਪੱਕੀ ਕਰ ਸਕਦੇ ਹੋ ਜਲਦੀ ਨਾਲ ਜਾ ਕੇ ਰੋਲ ਕਰ ਲਵੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਹੁਣ ਅਸੀਂ ਗੱਲ ਕਰ ਲੈਨੇ ਹ ਰਿਕਰੂਟਮੈਂਟ ਦੇ ਬਾਰੇ ਵਿੱਚ ਪਹਿਲੀ ਵੈਕੈਂਸੀ ਦੇ ਲਈ ਅਗਰ ਅਸੀਂ ਗੱਲ ਕਰੀਏ ਲੈਬ ਅਸਿਸਟੈਂਟ ਦੀ ਇਸ ਦੇ ਲਈ ਜਿਹੜੀ ਟੈਕਨੀਸ਼ੀਅਨ A ਦੀ ਵੈਕੈਂਸੀ ਹੈ ਜਾਂ ਇਸ ਦੇ ਇਕੁਇਵਲੈਂਟ 5 ਇਅਰ ਦਾ ਰੈਲੇਵੈਂਟ ਐਕਸਪੀਰੀਅੰਸ ਤੁਹਾਨੂੰ ਹੈਗਾ ਔਰ 10th ਮੈਟ੍ਰਿਕ ਹਾਈ ਸਕੂਲ ਤੁਸੀਂ ਪਾਸ ਆਊਟ ਕੀਤੀ ਹੋਈ ਹੈ 1 ਸਾਲ ਦਾ ਐਕਸਪੀਰੀਅੰਸ ਰਿਕੁਆਇਰਡ ਹੈ ਕਿਸੇ ਵੀ ਗਵਰਨਮੈਂਟ ਰੈਕੋਗਨਾਈਜ਼ ਇੰਸਟੀਚਿਊਟ ਤੋਂ ਤਾਂ ਤੁਸੀਂ ਇਹਦੇ ਲਈ ਜਿਹੜਾ ਅਪਲਾਈ ਉਹ ਕਰ ਸਕਦੇ ਹੋ ਜੀ 1 ਇਅਰ ਦਾ ਤੁਹਾਡੇ ਕੋਲ ਆਈਟੀਆਈ ਜਿਹੜਾ ਕਿ ਨੈਸ਼ਨਲ ਟ੍ਰੇਡ ਸਰਟੀਫਿਕੇਟ ਹੈਗਾ ਜੋ ਕਿ ਨੈਸ਼ਨਲ ਕਾਉਂਸਲ ਆਫ ਵੋਕੇਸ਼ਨਲ ਟ੍ਰੇਨਿੰਗ ਵੱਲੋਂ ਤੁਸੀਂ ਪਾਸ ਆਊਟ ਹੋ 12th ਪਾਸ ਜਿਹੜੇ ਕੈਂਡੀਡੇਟ ਹੋਣਗੇ ਠੀਕ ਹੈ ਜੀ ਔਰ 2 ਇਅਰਸ ایکسپੀਰੀਅੰਸ ਜਿਹਨਾਂ ਨੂੰ ਹੈਗਾ ਜਾਂ ਫਿਰ ਉਹਨਾਂ ਨੇ ਬੀਐਸਸੀ ਡਿਗਰੀ ਕੀਤੀ ਹੋਈ ਹੈ ਉਹਨਾਂ ਨੂੰ 3 ਸਾਲ ਦਾ ایکسپੀਰੀਅੰਸ ਉਹਨਾਂ ਦਾ ਜਿਹੜਾ ਹੈ ਜੀ ਮੰਨਿਆ ਜਾਏਗਾ ਸੋ ਤੁਸੀਂ ਜ਼ਰੂਰ ਇਹਦੇ ਲਈ ਜਿਹੜਾ ਹੈ ਜੀ ਅਪਲਾਈ ਕਰ ਲੈਣਾ ਡਾਟਾ ਐਂਟਰੀ ਆਪਰੇਟਰ ਦੀ ਇੱਕ ਪੋਸਟ ਹੈ ਜਿਹਦੇ ਲਈ 12ਵੀਂ ਵਾਲੇ ਕੈਂਡੀਡੇਟ ਐਲੀਜੀਬਲ ਨੇ ਔਰ ਮੈਥਮੈਟਿਕਸ ਟੀਮ ਦੇ ਨਾਲ ਔਰ ਸਾਇੰਸ ਸਬਜੈਕਟ ਦੇ ਨਾਲ ਕੀਤੀ ਹੋਈ ਹੈ ਤੁਸੀਂ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ 2 ਸਾਲ ਦਾ ایکسپੀਰੀਅੰਸ ਹੈਗਾ ਐਡਬੀ ਵਰਕ ਦਾ ਗਵਰਨਮੈਂਟ ਅਤੇ ਕਿਸੇ ਹੋਰ ਪੀਐਸਯੂ ਦੇ ਵਿੱਚ ਕਿਸੇ ਵੀ ਰ ਸਾਇੰਸ ਵਿੱਚ ਕਿਸੇ ਵੀ ਰਿਕੋਗਨਾਈਜ਼ਡ ਇੰਸਟੀਟਿਊਟ ਯੂਨੀਵਰਸਿਟੀ ਤੋਂ 1 ਸਾਲ ਦਾ ਐਕਸਪੀਰੀਅੰਸ ਹੈਗਾ ਔਰ ਤੁਹਾਨੂੰ MS ਆਫਿਸ MS ਵਰਡ MS ਪਾਵਰਪੁਆਇੰਟ MS ਐਕਸਲ ਦੀ ਨੌਲੇਜ ਹੈਗੀ ਹੈ ਔਰ ਤੁਹਾਡੀ ਸਪੀਡ ਜਿਹੜੀ ਹੈਗੀ ਹੈ ਉਹ 8000 ਪਕੀਸ ਡਿਪਰੈਸ਼ਨ ਪਰ ਆਰ ਦੇ ਅਕੋਰਡਿੰਗਲੀ ਹੈਗੀ ਹੈ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੋ ਕਿ ਸਪੀਡ ਟੈਸਟ ਵੀ ਤੁਹਾਡਾ ਕੰਪਿਊਟਰ ਉੱਪਰ ਹੋਏਗਾ ਔਰ ਗ੍ਰੈਜੂਏਸ਼ਨ ਵਾਲੇ ਜਿਹੜੀ ਪ੍ਰੈਫਰੈਂਸ ਹੈ ਉਹ ਇਸ ਦੇ ਵਿੱਚ ਦਿੱਤੀ ਜਾਏਗੀ ਅਗਰ ਮੈਂ ਗੱਲ ਕਰਾਂ ਇਸ ਵਿੱਚ ਤੁਹਾਡੀ ਵਾਕਿੰਗ ਇੰਟਰਵਿਊ ਹੋਣੀ ਹੈ ਜੋ ਕਿ ਇਹਦੇ ਵਿੱਚ ਲੁਧਿਆਣਾ ਵਿੱਚ ਹੋਏਗੀ ਠੀਕ ਹੈ ਜੀ ਜੋ ਕਿ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਵਿੱਚ ਹੋਏਗੀ 18 1 2022 ਨੂੰ ਟਿਊਜ਼ਡੇ ਵਾਲੇ ਦਿਨ ਹੋਏਗਾ ਜੋ ਕਿ ਸੈਮੀਨਾਰ ਰੂਮ ਕਾਲਜ ਐਨੀਮਲ ਬਾਇਓਟੈਕਨੋਲੋਜੀ ਗੜਵਾਸੂ ਲੁਧਿਆਣਾ ਵਿੱਚ ਹੋਏਗੀ ਜੀ ਇਸ ਦੇ ਵਿੱਚ ਜਿਹੜੇ ਨ ਮਿਲ ਵੀ ਨੂੰ ਜਿਹੜੀ ਇਹ ਦੇ ਦਿੱਤੀ ਜਾਏਗੀ ਸੋ ਆਪਣੇ origignal ਸਰਟੀਫਿਕੇਟ ਨਾਲ ਲੈ ਕੇ ਜਾਣਾ ਹੈ ਇੱਕ ਸੈਲਫ ਟੈਸਟਡ ਕਾਪੀ ਜਿਹੜੀ ਆਪਣੇ ਸਾਰੇ ਡਾਕੂਮੈਂਟਸ ਦੀ ਹੈ ਉਹ ਵੀ ਤੁਸੀਂ ਨਾਲ ਲੈ ਕੇ ਜਾਣੀ ਹੈ ਸੋ ਇਹ ਨੋਟੀਫਿਕੇਸ਼ਨ 1312 2022 ਨੂੰ ਹੀ ਜਾਰੀ ਕੀਤਾ ਗਿਆ ਤਾਂ ਹੀ ਤੁਹਾਡੇ ਲਈ ਲੈ ਕੇ ਆਇਆ ਜੀ ਜਲਦੀ ਨਾਲ ਜਾ ਕੇ ਇਹਦੀ ਤਿਆਰੀ ਕਰ ਲੈਣੀ ਹੈ ਇੰਟਰਵਿਊ ਬੇਸਿਸ ਤੇ ਤੁਹਾਡੀ ਜਿਹੜੀ ਸਿਲੈਕਸ਼ਨ ਹੈ ਇਸ ਵਿੱਚ ਹੋਣ ਚਾਹੀਦੀ ਹੈ ਜੀ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੇਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ